ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਤਾਲਾ, ਸੀ ਕਹਿੰਦੀ ਦਿਲ ਲੈ ਗਿਆ ਮੁੰਡਾ। ਸਤਿ ਸ਼੍ਰੀ ਅਕਾਲ ਜੀ। ਸੋ ਬਾਬਾ ਫਰੀਦ ਦੀ ਧਰਤੀ ਸ਼ਹਿਰ ਫਰੀਦਕੋਟ ਦੇ ਵਿੱਚ ਆ ਪਹੁੰਚੇ ਹਾਂ ਜੀ। ਬਹੁਤ ਸੋਹਣਾ ਇੰਸਟੀਚਿਊਟ ਹੈ ਜੀ, ਆਦੇਸ਼ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਵਿੱਚ ਪੂਰੀਆਂ ਧਮਾਲਾਂ ਪੈਣਗੀਆਂ। ਹਾਂਜੀ ਬਾਈ, ਤਿਆਰ ਉਮਰੇ ਆ ਜਾ ਰਹੀ, ਤਿਆਰ ਹੈ ਇੱਧਰ ਆ ਵੀਰੇ, ਇੱਧਰ ਇੱਧਰ ਆ ਦੇ, ਮਹਿੰਦਾ ਦੇਖ, ਮਹਿੰਦਾ ਦੇਖ ਲਾਇਆ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆ ਗਿਆ ਵਿਆਹ ਤੇ ਰਾਜੇ? ਨਹੀਂ, ਸ਼ਗਨ ਪੈਣਾ ਸੀ। ਸ਼ਗਨ ਪੈਣਾ ਸੀ। ਆ ਬਾਲਾਂ ਦਾ ਕੀ ਕੀਤਾ ਜੀ? ਬਾਲਾਂ ਦਾ ਮੈਂ ਕੁਝ ਕਰਨ ਲੱਗੀ ਸੀ ਪਰ ਹੋਇਆ ਹੀ ਨਹੀਂ। ਹੋਇਆ ਨਹੀਂ, ਜਲੂਸ ਨਿਕਲ ਗਿਆ। ਜਲੂਸ ਨਿਕਲ ਗਿਆ ਕਹਿੰਦੇ ਆ ਨਾ, ਜਲੂਸ ਜ਼ਿਆਦਾ ਫੈਸ਼ਨ ਬਣਿਆ ਆ। ਜਲੂਸ ਜੱਜਦਾ ਜੱਜਦਾ ਆ, ਫੈਸ਼ਨ ਬਣਿਆ, ਫੈਸ਼ਨ ਫੈਸ਼ਨ ਬਣ ਗਿਆ ਨਾ ਜਲੂਸ। ਠੀਕ ਹੈ ਠੀਕ ਹੈ। ਕਿੱਥੋਂ ਬਿਲੋਂਗ ਕਰਦੇ ਹੋ? ਕੋਟਕਪੂਰਾ ਤੋਂ। ਕੋਟਕਪੂਰਾ ਤੋਂ ਤੇ ਬਹੁਤ ਸੋਹਣੇ ਝੁਮਕੇ ਝਮਕੇ। ਅੱਜ ਹੀ ਸੂਟ ਮੈਨੂੰ ਤਾਂ ਨਵਾਂ ਪਾਇਆ ਜੀ ਮੇਰੇ। ਰਾਤੀ ਸੀਤਾ ਸੀ। ਰਾਤੀ ਸੀਤਾ ਜੀ। ਬਾਹਾਂ ਸ਼ੈਸ਼ ਵੀ ਪਤੰਦਰ ਦੇਖ ਹੀ ਲਵੇ। ਗੀਤ ਆਉਂਦਾ ਜੀ? ਗੀਤ ਹਾਂ, ਥੋੜਾ ਮੋਟਾ ਗਾ ਹੀ ਲਈਦਾ। ਸੁਣਾਓ ਸੁਣਾਓ ਸੁਣਾਓ। ਕੁਛ ਵੀ ਲਾਉਂਗੀ ਵੇ, ਮੈਂ ਦੱਸ ਵੀ ਲਾਉਂਗੀ, ਸਾਹਮਣੇ ਤਾਂ ਬਹਿ ਕੇ ਤੇਰੇ ਹੱਸ ਵੀ ਲਾਉਂਗੀ, ਕੁਛ ਵੀ ਲਾਉਂਗੀ ਵੇ, ਮੈਂ ਦੱਸ ਵੀ ਲਾਉਂਗੀ, ਸਾਹਮਣੇ ਤਾਂ ਬਹਿ ਕੇ ਤੇਰੇ ਹੱਸ ਵੀ ਲਾਉਂਗੀ, ਪਾ ਲੂੰਗੀ ਤੇਰੇ ਨਾਲ ਕਰੀ ਤਾਂ ਵੇ ਮੈਂ ਗੂੜੀਆਂ। ਸੋ ਬਾਈ ਤੁਸੀਂ ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਰਘਵੀਰ ਸਿੰਘ। ਬਹੁਤ ਸੋਹਣਾ ਡਰੈਸ ਹੈ ਬਾਈ। ਥੈਂਕ ਯੂ। ਜੱਚ ਰਹੇ ਹੋ? ਥੈਂਕ ਯੂ। ਇਹ ਕਿਸੇ ਹੋਰ ਕੁੜੀ ਨੇ ਵੀ ਕਿਹਾ ਕਿ ਮੁੰਡੇ ਕਹੀ ਜਾਂਦੇ ਹਜੇ ਤੱਕ? ਨਹੀਂ ਨਹੀਂ, ਆਪ ਤੁਸੀਂ ਕਿਹਾ। ਬਹੁਤ ਮੈਂ ਹੀ ਕਿਹਾ ਹਨਾ, ਇਹ ਮੁੱਲ ਪੈ ਨਹੀਂ ਰਿਹਾ ਅਜੇ ਨਾ, ਹਜੇ ਤਾਂ ਦਿਨ ਚੜ੍ਹੀ, ਇਹ ਕੋਈ ਨਹੀਂ ਸ਼ਾਮ ਤੱਕ ਮੁੱਲ ਪੈ ਜੂ। ਪੈ ਜੂਗਾ ਮੁੱਲ। ਹਨਾ, ਗੀਤ ਸੁਣਾਓਗੇ ਜੀ? ਆਜੋ ਆਜੋ ਆਜੋ। ਉਹ ਜੱਟ ਰੱਖੀ ਬੈਠਾ ਸਾਮ ਕੇ ਦੀਵਾਲੀ ਵਾਸਤੇ, ਓਏ ਐਵੇਂ ਫੋਕੇ ਨਾ ਪਟਾਕੇ ਪਹਿਲਾਂ ਪਾਉਂਦਾ ਬੱਲੀਏ, ਹੋਰਾਂ ਵਾਂਗੂ ਹੋਣੇ ਨਹੀਂ ਹਵਾਈ ਮੇਰੇ ਤੋਂ, ਉਹ ਜੱਟ ਹੈ ਕਿਤੇ ਨਿਸ਼ਾਨੇ ਸਿੱਧੇ ਲਾਉਂਦਾ ਬੱਲੀਏ, ਉਹ ਤੇਰੇ ਮੰਨੇ ਜਿਹੜਾ ਵੀਰ ਠੋਕ ਦੇਣੇ ਮੈਂ ਅਖੀਰ, ਤੈਨੂੰ ਲੈ ਜੇ ਕੋਈ ਹੋਰ ਮੇਰੀ ਮੰਨੇ ਆ ਜ਼ਮੀਰ, ਉਹ ਤੇਰੇ ਮੰਨੇ ਜਿਹੜਾ ਵੀਰ ਠੋਕ ਦੇਣੇ ਮੈਂ ਅਖੀਰ, ਤੈਨੂੰ ਲੈ ਜੇ ਕੋਈ ਹੋਰ ਮੇਰੀ ਮੰਨੇ ਨਾ ਜ਼ਮੀਰ, ਉਹ ਤੇਰੇ ਪਿੰਡ ਦੀ ਮੰਡੀਰ ਜਿਹੜੀ ਫਿਰੇ ਚਾਂਬਲੀ, ਉਹ ਵੇਖੀ ਸਿਵਿਆਂ ਚ ਲਾਛਾਂ ਕਿਵੇਂ ਪਾਉਂਦਾ ਬੱਲੀਏ, ਹੋਰਾਂ ਵਾਂਗੂ ਹੋਣੇ ਨੀ ਹਵਾਈ ਮੇਰੇ ਤੋਂ, ਉਹ ਜੱਟ ਹੈ ਕਿਤੇ ਨਿਸ਼ਾਨੇ ਸਿੱਧੇ ਲਾਉਂਦਾ ਬੱਲੀਏ। ਮੇਰਾ ਥਰਡ ਇਅਰ ਹੈ ਜੀ। ਥਰਡ ਇਅਰ, ਪੜ੍ਹਾਈ ਵਧੀਆ ਚੱਲ ਰਹੀ ਜੀ? ਹਾਂਜੀ, ਬਹੁਤ ਵਧੀਆ। ਤੇ ਹੋਰ ਏਮ ਕੀ ਹੈ ਜੀ ਜ਼ਿੰਦਗੀ ਦਾ? ਬਸ ਇੱਕ ਹੈ ਜੀ, ਤੁਹਾਡੇ ਵਰਗੇ ਐਂਕਰ ਬਣਨਾ ਮੈਂ ਤਾਂ। ਅੱਛਾ ਜੀ, ਮੈਂ ਰੱਬ ਤੁਹਾਨੂੰ ਬਹੁਤ ਵੱਡੀ ਫੈਨ ਆ ਤੇ ਮੈਂ ਤੁਹਾਡੇ ਵਰਗੇ ਬਣਨਾ। ਕਿੰਨੇ ਕੁ ਵੱਡੀ ਹੈ ਤੇ ਛੋਟੀ ਜੀ? ਬਹੁਤ ਵੱਡੀ ਹਾਈਟ ਛੋਟੀ ਹੈ, ਹਾਈਟ ਛੋਟੀ ਹੈ, ਫੈਨ ਬਹੁਤ ਵੱਡੇ। ਥੈਂਕ ਯੂ, ਮੈਂ ਤੁਹਾਡੇ ਕਰਕੇ ਜੀ ਜੋ ਵੀ ਹੈਗਾ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਲਵਪ੍ਰੀਤ ਹੈ। ਹਾਂ, ਮੈਂ ਲਵਪ੍ਰੀਤ। ਹਾਂਜੀ। ਤੁਸੀਂ ਰਵਨੀਤ? ਤੁਸੀਂ ਐਂਕਰਿੰਗ ਕਰਨੀ ਹੈ ਜੀ ਕੰਟੀਨੀ ਮਟੀਰੀਅਲ, ਤੁਸੀਂ ਦਿਖਾਉਣਾ ਜੀ ਅੱਜ। ਸਤਿ ਸ਼੍ਰੀ ਅਕਾਲ ਜੀ, ਅਸੀਂ ਕੰਟੀਨੀ ਮੰਡੀਰ ਲੈ ਕੇ ਹਾਜ਼ਰ ਹਾਂ ਆਦੇਸ਼ ਇੰਸਟੀਚਿਊਟ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਫਰੀਦਕੋਟ ਵਿੱਚ। ਆਓ ਜੀ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਤੁਸੀਂ? ਜਿੱਦਾਂ ਉਦਾਂ ਹੀ ਮੈਂ। ਅੱਛਾ ਜੀ, ਮੈਂ ਤਾਂ ਬਹੁਤ ਵਧੀਆ, ਤੁਸੀਂ ਦੱਸੋ? ਮੈਂ ਵੀ ਵਧੀਆ ਜੀ, ਤੁਸੀਂ ਵਧੀਆ? ਕਿਉਂ ਸ਼ਰਮਾ ਰਹੇ ਹੋ? ਮੈਂ ਜੀ ਪਹਿਲੀ ਵਾਰ ਆਈ ਹਾਂ ਜੀ ਟੀਵੀ ਮੂਰੇ। ਵਧੀਆ, ਖੁਸ਼ ਹੋਣਾ ਚਾਹੀਦਾ ਪਹਿਲੀ ਵਾਰ ਟੀਵੀ ਤੇ ਆ ਰਹੇ ਹੋ, ਤੁਹਾਡੇ ਮੰਮੀ ਪਾਪਾ ਦੇਖਣਗੇ। ਹਾਂਜੀ, ਸਾਰਾ ਮੁੱਲਾ ਦੇਖੂਗਾ ਜੀ। ਹਾਂਜੀ ਹਾਂਜੀ। ਰਿਸ਼ਤੇਦਾਰੀ ਜੀ ਫੋਨ ਕਰਕੇ ਦੱਸ ਦਿਓ ਜੀ। ਰਿਸ਼ਤੇਦਾਰ ਨੂੰ ਮੰਨਦੀ ਨਹੀਂ ਮੇਰੀ। ਹਾਂਜੀ ਹਾਂਜੀ, ਮੇਰੀ ਭੂਆ ਤੁਹਾਡੇ ਵਰਗੀ ਕੱਬੀ ਬਹੁਤ ਹੈ ਜੀ। ਅੱਛਾ ਜੀ, ਕੱਬੀਆਂ? ਹਾਂਜੀ। ਮੈਂ ਕੱਬੀਆਂ? ਹਾਂਜੀ, ਲਾ ਦੇਣਾ ਆਈ ਹਾਂ ਜੀ। ਕਿ ਨਹੀਂ ਜੀ? ਜਾਂ ਹੀ ਨਹੀਂ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਲਵਪ੍ਰੀਤ ਗੀਤ ਆਉਂਦਾ ਤੁਹਾਨੂੰ? ਹਾਂਜੀ। ਸੁਣਾਓ ਜੀ ਦੋ ਲਾਈਨ। ਇਹ ਮੈਂ ਸੌਂਗ ਆਪਣੇ ਪਾਪਾ ਲਈ ਗਾਣਾ ਚਾਹਨੀ ਆ। ਮੈਨੂੰ ਪੀਣ ਲਈ ਨਾ ਆਖੋ ਚਾ ਹਲੇ ਤਾਂ ਆਬਾਦ ਨੇ, ਮੈਨੂੰ ਪੀਣ ਲਈ ਨਾ ਆਖੋ ਚਾ, ਨਾ ਨਾ ਪੀਣੀ ਪੂਣੀ ਨਹੀਂ, ਤਾਂ ਆਬਾਦ ਨੇ, ਮੈਨੂੰ ਮੇਰੇ ਬਾਪੂ ਦੇ ਖਾਬ ਸਾਰੇ ਯਾਦ ਨੇ, ਮੈਨੂੰ ਮੇਰੇ ਬਾਪੂ ਦੇ। ਬੈਲਟ ਬੁਲਟ ਢਿੱਲੀ ਹੈ ਜੀ, ਕੀ ਚੱਕਰ ਹੈ ਜੀ? ਬਸ ਇਹੀ ਫੈਸ਼ਨ ਹੈ ਜੀ। ਅੱਛਾ, ਇਹ ਵੀ ਫੈਸ਼ਨ ਹੈ ਜੀ? ਅੱਛਾ ਅੱਛਾ, ਜੇ ਪੈਂਟ ਡੇਗੀ ਉਹ ਵੀ ਫੈਸ਼ਨ? ਉਹ ਵੀ ਫੈਸ਼ਨ ਹੈ। ਬਹੁਤ ਵਧੀਆ, ਜਿੰਨਾ ਜਲੂਸ ਕੱਢਾਂਗੇ ਉਹਨਾਂ ਹੀ ਫੈਸ਼ਨ, ਉਹਨਾਂ ਫੈਸ਼ਨ ਜੀ, ਉਹਨਾਂ ਫੈਸ਼ਨ। ਚਲੋ ਠੀਕ ਹੈ, ਕੱਛੇ ਨੂੰ ਜ਼ਰੂਰ ਨਾਲਾ ਬੰਨ ਲਿਓ ਜੀ। ਹੋਰ ਸੁਣਾਓ ਜੀ। ਕੱਛੇ ਨਾਲ ਵੀ ਲੀਰ ਬੰਨੇ
ਮੇਰੇ ਬਹੁਤ ਵਧੀਆ ਲੀਡ ਬਣ ਗਿਆ ਕੋਈ ਕੀ ਨਾਮ ਹੈ ਤੁਹਾਡਾ ਭੁਪਿੰਦਰ ਸਿੰਘ ਰਮਾਣਾ ਰਮਾਣਾ ਤੇ ਕੀ ਸੁਣਾਉਂਗੇ ਸ਼ੌਂਕ ਕੀ ਤੁਹਾਨੂੰ ਆਪਾਂ ਸਕਿੱਟ ਵੀ ਕਰੀਦੀ ਆ ਕਾਲਜ ਦੇ ਵਿੱਚ ਤੂੰ ਪੇਸ਼ ਕਰੋ ਬਾਈ ਸਕਿੱਟ ਕੋਈ ਕਮੇਡੀ ਵਾਲਾ ਕਮੇਡੀ ਦੇ ਵਿੱਚ ਗੋਲੀ ਮਾਰ ਆਉਂਦਾ ਮੇਰੇ ਕੋਲੇ ਹਾਂਜੀ ਮੈਂ ਆ ਗਿਆ ਗੋਲੀ ਮਾਰ ਹਾਂਜੀ ਮੈਂ ਗੋਲੀ ਮਾਰਦਾ ਨਹੀਂ ਨਹੀਂ ਗੋਲੀ ਮਾਰਦਾ ਨਹੀਂ ਉਹ ਸਿਰਫ ਉਹ ਉਹੀ ਫੁਕਰਾਈ ਹੈ ਮੇਰੇ ਫੁਕਰਾਈ ਫੁਕਰਾਈ ਫੁਕਰਾ ਫੁਕਰਾ ਤੇ ਮੈਂ ਧਰਮਰਾਜ ਉਹਦੇ ਵਿੱਚ ਬਾਬਾ ਠੀਕ ਮੇਰੇ ਕੋਲ ਗੋਲੀ ਮਾਰ ਵੀ ਹੈਗਾ ਵੈਸੇ ਉਹ ਇੱਥੇ ਹੈਗਾ ਮੁੰਡਾ ਜੇ ਨਾ ਸੱਦੋ 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 ਬਈ ਗੋਲੀ ਮਾਰ ਨੂੰ ਸੱਦੋ ਗੋਲੀ ਮਾਰ ਆ ਗਿਆ ਸਾਡਾ ਕੋਲ ਆ ਗੋਲੀ ਮਾਰ ਜੀ ਇਹ ਚਿੜੀ ਮਾਰ ਜਾ ਲਾ ਲਾ ਮੈਂ ਤਾਂ ਯਾਰ ਚੱਕ ਚੱਕ ਤੋਂ ਕੰਮ ਓਏ ਇੱਥੇ ਭੂਆ ਦੇ ਵਿਆਹ ਤੇ ਆਇਆ ਨਾ ਹੋਰ ਤੇਰੀ ਵਿਆਹ ਤੇ ਚੱਲ ਨਾ ਤੈਨੂੰ ਆਪਾਂ ਭੇਜੀਏ ਸਵਰਗਾਂ ਚ ਤੇ ਨਾ ਭੇਜੀਏ ਨਰਕਾਂ ਚ ਚੱਲ ਆਪਣਾ ਫਿਰ ਚਾਹ ਪਾਣੀ ਕਰ ਦੇ ਤੇ ਆਪਾਂ ਤੈਨੂੰ ਛੱਡ ਦਿੰਨੇ ਆ ਓਏ ਇੱਥੇ ਚਾਹ ਪਾਣੀ ਤੇ ਮੈਂ ਹੁਣ ਇੱਥੋਂ ਜਾਵਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਕੰਮ ਹੋਇਆ ਕੀ ਨਾਮ ਤੁਹਾਡਾ ਜਗਦੀਪ ਸਿੰਘ ਜਗਦੀਪ ਸਿੰਘ ਹਾਂਜੀ ਕੀ ਸ਼ੌਂਕ ਹੈ ਬਈ ਤੁਹਾਨੂੰ ਸਿੰਗਿੰਗ ਹੌਬੀਜ਼ ਸਿੰਗਿੰਗ ਗੀਤ ਗੁਲ ਗਾਉਣੇ ਸੁਣਾਓ ਬਈ ਕਰੋ ਪੇਸ਼ ਕੁਛ ਹੁਲਾ ਤੇ ਉਹ ਲਾਂਬੇ ਜਾ ਜਾਂਦੇ ਨਹੀਂ ਉਹ ਸਾਂਬੇ ਬੇਰ ਟੀਸੀ ਵਾਲਾ ਸਾਡੀ ਝੋਲੀ ਪਾਤਾ ਲਾ ਤੇ ਉਹ ਲਾਂਬੇ ਜਾ ਜਾਂਦੇ ਨਹੀਂ ਉਹ ਸਾਂਬੇ ਬੇਰ ਟੀਸੀ ਵਾਲਾ ਸਾਡੀ ਝੋਲੀ ਪਾਤਾ ਸਾਡੀ ਤੇਰੇ ਨਾ ਕਰਾ ਕੇ ਗੱਲ ਬਾਤ ਸੱਚੀ ਰੱਬ ਨੇ ਸਿਰਾਹੀ ਕਰਵਾਤਾ ਕੀ ਨਾਮ ਤੁਹਾਡਾ ਹਰਮਨ ਸਿੰਘ ਹਾਂਜੀ ਤੇ ਕਿੱਥੋਂ ਬਿਲੋਂਗ ਕਰਦੇ ਹੋ ਜੀ ਮੈਂ ਕੋਟਕਪੂਰੇ ਤੋਂ ਕੋਟਕਪੂਰੇ ਤੋਂ ਹਾਂਜੀ ਕਲਾ ਕੀ ਹੈ ਬਾਈ ਮੈਂ ਮਿਮਿਕਰੀ ਕਰ ਲੈਣਾ ਅੱਛਾ ਜੀ ਹਾਂਜੀ ਚਲੋ ਬਾਈ ਕਰਕੇ ਦਿਖਾਓ ਫਿਰ ਤੁਹਾਨੂੰ ਲਓ ਜੀ ਇੱਕ ਵਾਰ ਦੀ ਗੱਲ ਹੈ ਜਦੋਂ ਮੈਂ ਬੱਸ ਵਿੱਚ ਜਾ ਰਿਹਾ ਸੀਗਾ ਤੇ ਮੈਂ ਕੀ ਦੇਖਿਆ ਬੱਸ ਵਿੱਚ ਸਾਰੇ ਫਿਲਮੀ ਐਕਟਰ ਸਭ ਤੋਂ ਪਹਿਲਾਂ ਬੱਸ ਦੇ ਕੰਡਕਟਰ ਉਹ ਚੱਲੀਆਂ ਬਾਈ ਚੱਲੀਆਂ ਮੋਗੇ ਬਰਨਾਲਾ ਜਲੰਧਰ ਸਾਰੇ ਕਿਤੇ ਚੱਲੀਆਂ ਉਹ ਪਹਿਲਾਂ ਸੰਤ ਕੇ ਆ ਗਏ ਐਵੇਂ ਬਣਾ ਲਏਗੀ ਆਦੀ ਧੌਣ ਇਹਨਾਂ ਨੂੰ ਬੱਸ ਦੇ ਡਰਾਈਵਰ ਗਰਮ ਹੋ ਜਾਂਦੇ ਨੇ ਓਏ ਹੋਏ ਉਹ ਮੈਂ ਕਿਹਾ ਠਹਿਰ ਉਹ ਵਾਰੀ ਵਾਰੀ ਬਰਸੀ ਖੱਟਣ ਗਿਆ ਸੀ ਉਹ ਖੱਟ ਖੱਟ ਕੇ ਐਵੇਂ ਤਰਸਾਈ ਜਾਏਗਾ ਉਹ ਆਪਦੀ ਮਾਂ ਨੂੰ ਤੋਰੇਗਾ ਕਿ ਮੈਂ ਸੀਟੀਆਂ ਹੀ ਮਰਾਈ ਜਾਏਗਾ ਇਹਨਾਂ ਨੂੰ ਬੱਸ ਵਿੱਚ ਭਿਖਾਰੀ ਆ ਜਾਂਦਾ ਹੈ ਅੱਲਾ ਦੇ ਨਾਮ ਤੇ ਦੇ ਰਿਹਾ ਕੁਛ ਇੱਕ ਰੁਪਇਆ ਦੋ ਰੁਪਇਆ ਤਿੰਨ ਰੁਪਏ ਚਾਰ ਰੁਪਇਆ ਓਏ ਬਾਬੂ ਜੀ ਉਸਤਾਦ ਉਹ ਤੋਂ ਭਿਖਾਰੀ ਨੂੰ ਫੋਨ ਆਉਂਦਾ ਦੇਖੋ ਰਿੰਗ ਟੋਨ ਕਿੱਦਾਂ ਹੀ ਲੱਗੀ ਹੁੰਦੀ ਹੈ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰੀਸ ਕੌਣ ਕਰ ਲਊ ਜਾਂਦੇ ਜਾਂਦੇ ਇਹਨਾਂ ਨੂੰ ਇੱਕ ਬੋਲੀ ਸੁਣਾ ਦਈਏ ਨਾ ਮੈਂ ਖਾਵਾਂ ਕੁਰਕਰੇ ਸੋਹਣੀਆ ਨਾ ਮੈਂ ਖਾਵਾਂ ਕੇਲੇ ਨਾ ਮੈਂ ਖਾਵਾਂ ਕੁਰਕਰੇ ਸੋਹਣੀਆ ਨਾ ਮੈਂ ਖਾਵਾਂ ਕੇਲੇ ਆ ਮੁੰਡੇ ਆਵੇ ਜਾ ਕੇ ਜਿਉਂਦਿਆਂ ਦੇ ਮੇਲੇ ਆ ਮੁੰਡੇ ਆਵੇ ਜਾ ਕੇ ਜਿਉਂਦਿਆਂ ਦੇ ਮੇਲੇ ਚੰਗਾ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਰਹੇ ਮਿਲਾਂਗੇ ਫੇਰ ਤੁਸੀਂ ਖਾਓ ਕੇਲੇ ਸਾਨੂੰ ਖਾਓ ਵੇਲੇ ਬਾਏ ਲਵ ਯੂ ਸਤਿ ਸ਼੍ਰੀ ਅਕਾਲ ਜੀ ਆ ਸਿਰ ਦਿਖਾ ਜੀ ਕਿਉਂ ਕੈਮਰੇ 'ਚ ਨਾ ਸਿਰ 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 ਆ ਕਿਦਾਂ ਆ ਜੂਆ ਵਾਸਤੇ ਰਾਹ ਛੱਡਿਆ ਜੀ ਜੂਆ ਬਹੁਤ ਹੈ ਨਾ ਟ੍ਰੈਫਿਕ ਵੀ ਬਹੁਤ ਹੈ ਤੇ ਫਿਰ ਮੈਂ ਸੋਚਿਆ ਈਜ਼ਲੀ ਵਾਕਅਪ ਕਰ ਈਜ਼ਲੀ ਵਾਕਅਪ ਕਰਨ ਰਨਿੰਗ ਰਨਿੰਗ ਲਾ ਲੈ ਕਰਨ ਜੂਆ ਪਤਲੀ ਆ ਰਹਿ ਤਾਂ ਮੋਟੀਆਂ ਨਾ ਹੋ ਜਾਣ ਹਾਂ ਹਾਂ ਨਹੀਂ ਬਹੁਤ ਵਧੀਆ ਵਾ ਫਾ ਪਤਲੀ ਰਹਿ ਜੂਆ ਫਿੱਟ ਰਹਿਣਗੇ ਤੁਹਾਡੇ ਜੂਆ ਵੀ ਗਾਣੇ ਆਏ ਕਹਿੰਦੀ ਹੋਣੀ ਮੇਰੇ ਯਾਰ ਨੇ ਗਲੀ ਦੇ ਵਿੱਚ ਲੰਘਣਾ ਜੂਆ ਨਾ ਠੀਕ ਹੈ ਬਹੁਤ ਵਧੀਆ ਦੇਖੋ ਜੀ ਇਹ ਪਾਲਣ ਪੋਸ਼ਣ ਕਰਨੀ ਚਾਹੀਦੀ ਹੈ ਜੂਆ ਦੀ ਹਨਾ ਹਾਂ ਇੱਥੇ ਰਹਿਣਾ ਜੀ ਉਹਨਾਂ ਦੀ ਕਲੋਨੀ ਥੋੜੀ ਢਾਉਣੀ ਆਪਾਂ ਉਹ ਵੀ ਤਾਂ ਗੱਲ ਹੈ ਬਿਲਕੁਲ ਜੀ ਬਿਲਕੁਲ ਤੁਹਾਡੀ ਹੌਬੀਜ਼ ਕੀ ਹੈ ਜੀ ਸ਼ੌਂਕ ਹੌਬੀਜ਼ ਮੇਰੀ ਸਿੰਗਿੰਗ ਡਾਂਸਿੰਗ ਕੁਕਿੰਗ ਐਗਜ਼ੈਕਟਰਾ ਡਾਂਸਿੰਗ ਤੁਸੀਂ ਇਕੱਲੇ ਤਾਂ ਨਹੀਂ ਕਰਦੇ ਹੋਣੇ ਜੀ ਫਿਰ ਨਹੀਂ ਜੀ ਗਰੁੱਪ 'ਚ ਕਰੀਦਾ ਨਹੀਂ ਗਰੁੱਪ 'ਚ ਨਹੀਂ ਜੂਆ ਨਾਲ ਕਰਦੀਆਂ ਹੋਣਗੀਆਂ ਜੀ ਉਹ ਜੂਆ ਤਾਂ ਮੇਰੇ ਨਾਲ ਇੰਜੋਏ ਕਰਦੇ ਆ ਡਾਂਸ ਮੈਂ ਇਕੱਲੀ ਕਰਦੀ ਹਾਂ ਅੱਛਾ ਅੱਛਾ ਇੰਜੋਏ ਹਾਂਜੀ ਉੱਤੇ ਸਿਰ ਤੇ ਝੂਲਦੀ ਆਉਣੀ ਆ ਵੀ ਕੀ ਆਵਾਜ਼ ਆ ਬਈ ਚਲੋ ਗੀਤ ਸੁਣਾਓ ਜੀ ਫਿਰ ਸਾਨੂੰ ਸਜਦੇ ਛੁਪਾਈਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਵਧੀਆ ਜੀ ਵਧੀਆ ਕੀ ਨਾਮ ਜੀ ਤੁਹਾਡਾ ਨੇਹਾ ਨੇਹਾ ਗੱਲ ਇਦਾਂ ਵੀ ਮੁੰਡਾ ਕੋਈ ਕਮਲਾ ਜਿਹਾ ਜੀ ਠੀਕ ਹੈ ਜੀ ਉਹ ਤੁਹਾਨੂੰ ਤੰਗ ਕਰ ਰਿਹਾ ਜੀ ਬੱਲੇ ਮੋਟੋ ਨਾ ਉਹ ਮੋਟੀਆਂ ਨੀ ਹੈ ਜੀ
ਉਹ ਬੋਲਦੀ ਨਹੀਂ ਇਹ ਚਾਹੁੰਦੀ ਹੈ ਗੱਲ ਬਾਣੀ ਜੇ ਨਾ ਇਹਨਾਂ ਕੁੜੀਆਂ 'ਚ ਨਹੀਂ ਨਹੀਂ ਬਹੁਤ ਵਧੀਆ ਸਿਆਣੀ ਵੀ ਤੁਸੀਂ ਤਾਂ ਬਹੁਤ ਆਪਾਂ ਫਨ ਕਰਨਾ ਜੀ ਹਜੇ ਬਾਕੀ ਇੱਧਰ ਕੁੜੀ ਤੁਸੀਂ ਆਓ ਜੀ ਮੂਹਰੇ ਕੀ ਨਾਂ ਜੀ ਤੁਸੀਂ ਗੱਲ ਏਦਾਂ ਵੀ ਤੁਸੀਂ ਦੋਵੇਂ ਇੱਕੋ ਜਿਹੀ ਲਾ ਦਿਓ ਮੈਨੂੰ ਥੋੜੀ ਜਿਹੀ ਗੇਮ ਖਿਡਾਉਣੀ ਇੱਕ ਦੋਨਾਂ 'ਚ ਤੁਸੀਂ ਦੋਨਾਂ ਨੇ ਮਾਰਨੇ ਇੱਕ ਦੂਜੇ ਨੂੰ ਠੁਮਕੇ ਇੱਕ ਦੂਜੇ ਨੂੰ ਪਰ ਦੇਖਣਾ ਇਹ ਹੈ ਵੀ ਦੂਰ ਕਿਹੜਾ ਵੱਧ ਜਾਂਦਾ ਲਓ ਜੀ ਠੁਮਕਾ ਕੰਪੀਟੀਸ਼ਨ ਇੱਕ ਦੋ ਤਿੰਨ ਨਾ ਨਾ ਚੱਲ 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 ਲਾ ਡੂੰਗਾ ਕੀ ਨਾਂ ਹੈ ਤੁਹਾਡਾ ਗੁਰਪਾਲ ਸਿੰਘ ਗੁਰਪਾਲ ਸਿੰਘ ਤੁਹਾਡਾ ਜੀ ਗੁਰਵੀਰ ਸਿੰਘ ਗੁਰਵੀਰ ਸਿੰਘ ਕਰੋ ਜੀ ਪੇਸ਼ ਕੀ ਸੁਣਾਉਂਗੇ ਬੋਲੀਆਂ ਆ ਜਾਓ ਜੀ ਇੱਕ ਬੋਲੀ ਅੰਗਰੇਜ਼ੀ ਜਾ ਇੰਗਲਿਸ਼ ਬੋਲੀ ਓਹ ਕਮ 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 ਓ ਯੂ ਆਰ ਦੇਅਰ ਇਨ ਆਸਟ੍ਰੇਲੀਆ ਆਈ ਐਮ ਵੇਟਿੰਗ ਦੇਅਰ ਨੀ ਡੇ ਪਾਸਸ ਵੈਰੀ ਹਾਰਡਲੀ ਓ ਡੇ ਪਾਸਸ ਵੈਰੀ ਹਾਰਡਲੀ ਤੈਨੂੰ ਦੇਅਰ ਇਜ਼ 90 ਫੇਅਰ ਮਿੰਟ ਇਜ਼ ਲਾਈਕ ਐਨ ਆਵਰ ਓ ਮਿੰਟ ਇਜ਼ ਲਾਈਕ ਐਨ ਆਵਰ ਐਂਡ ਡੇ ਲਾਈਕ ਐਨ ਈਅਰ ਕੈਨ ਨੋਟ ਰਿਮੇਨ ਅਵੇ ਅਰੇਂਜ ਫੋਰ ਵੀਜ਼ਾ ਡੀਅਰ ਕੈਨ ਨੋਟ ਰਿਮੇਨ ਅਵੇ ਅਰੇਂਜ ਫੋਰ ਵੀਜ਼ਾ ਡੀਅਰ ਕੈਨ ਨੋਟ ਰਿਮੇਨ ਹੁਣ ਭੰਗੜੇ ਵਾਲੇ ਗੱਭਰੂ ਪਿਆਰ ਨੇ ਜੀ ਆਪਣੀ ਆਪਣੀ ਪੋਸ਼ਾਕਾਂ ਦੇ ਵਿੱਚ ਸੋਹਣੇ ਕੈਂਠੇ ਸਿਰ ਤੇ ਸ਼ਮਲੇ ਸੋ ਬਾਈ ਹੋਰਾਂ ਦਾ ਦੇਖਦੇ ਹਾਂ ਜੀ ਭੰਗੜਾ ਆ ਜਾਓ ਫਿਰ ਸਾਡੀ ਚੱਕੇ ਜੱਟ ਵਾਂਗ ਰਹਿੰਦੀ ਹੱਥ ਵਿੱਚ ਡਾਂਗ ਚੱਕੇ ਜੱਟ ਵਾਂਗ ਰਹਿੰਦੀ ਮੋਢੇ ਉੱਤੇ ਡਾਂਗ ਡਾਂਗ ਪਈ ਜਦੋਂ ਡਾਂਗ ਪਈ ਜਦੋਂ ਪਈ ਜਦੋਂ ਕਿਹੜਾ ਪੂਰੇ ਖੰਗ ਚੂ ਵੈਲੀਆਂ ਦੇ ਪਿੰਡ ਵਿੱਚ ਦੀ ਕਿਹੜਾ ਮਾਰ ਕੇ ਖੰਗੂਰਾ ਸੁੱਕਾ ਲੰਗ ਜੂ ਵੈਲੀਆਂ ਦੇ ਪਿੰਡ ਵਿੱਚ ਦੀ ਵੱਜਦੇ ਨੇ ਸੱਪ ਯਾਰੋ ਵਿੱਚ ਹੱਥਾਂ ਦੇ ਦਿਲ ਲੁੱਟੇ ਲੱਖਾਂ ਦੇ ਨਖਰੇ ਦੇ ਨਾਲ ਨੇ ਇਸ਼ਾਰੇ ਕਰਦੇ ਮੁੰਡੇ ਨਾਲ ਅੱਖਾਂ ਦੇ ਨਖਰੇ ਦੇ ਨਾਲ ਨੇ ਇਸ਼ਾਰੇ ਕਰਦੇ ਮੁੰਡੇ ਨਾਲ ਅੱਖਾਂ ਦੇ ਮਾਰ ਮਾਰ ਬੈਠਾ ਬਲੌਰ ਮੱਕਰੇ ਹੋ ਮੁੰਡੇ ਨਾਲ ਢੋਲ ਦੇ ਕੌਣ ਜੱਟ ਭੰਗੜਾ ਮਜਾ ਜਨਾ ਦੇ ਦਿਲ ਤੱਕ ਤੱਕ ਡੋਲਦੇ ਕੌਣ ਜੱਟ ਭੰਗੜਾ ਮਜਾ ਜਨਾ ਦੇ ਦਿਲ ਤੱਕ ਤੱਕ ਡੋਲਦੇ ਮਾਰ ਗਿਆ ਸੀ ਤਾਨਾ ਮੈਨੂੰ ਪਿੰਡ ਦੀਆਂ ਨਾਰਾਂ ਦਾ ਸੱਤ ਭਾਈਆਂ ਦਾ ਭਾਈ ਨੀ ਮੈਂ ਪੁੱਤ ਸਰਦਾਰਾਂ ਦਾ ਰੂਪ ਤਰੇ ਨੇ ਕਰਤਾ ਮੈਨੂੰ ਇਸ਼ਕ ਦਾ ਰੋਗੀ ਨੀ ਭੇਸ ਵਟਾਇਆ ਜੱਟੀਏ ਨੀ ਜੱਟ ਫੜ ਗਿਆ ਜੋਗੀ ਨੀ ਭੇਸ ਵਟਾਇਆ ਜੱਟੀਏ ਨੀ ਜੱਟ ਫੜ ਗਿਆ ਫਿਰ ਸਵਾਗਤ ਹੈ ਜੀ ਤੁਹਾਡੇ ਆਪਣੇ ਫੇਵਰਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ ਤੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਤੁਸੀਂ ਆਓ ਜੀ ਮੂਹਰੇ ਹੋਰ ਬਾਈ ਕਿੱਦਾਂ ਜੀ ਪੂਜਾ ਹੀ ਮੇਰਾ ਨਾਮ ਪੂਜਾ ਰਾਣੀ ਹਾਂਜੀ ਮੈਂ ਸੋਚਿਆ ਰਾਜਾ ਯਾਰ ਤੂੰ ਚਲੋ ਪੂਜਾ ਰਾਣੀ ਜੀ ਹੋਰ ਸੁਣਾਓ ਜੀ ਕਿਵੇਂ ਹੋ ਵਧੀਆ ਜੀ ਵਧੀਆ ਵਧੀਆ ਕਿੱਥੋਂ ਬਿਲੋਂਗ ਕਰਦੇ ਹੋ ਜੀ ਕੋਟਕਪੂਰਾ ਤੋਂ ਇਹ ਗੁੱਤ ਕਾਹਤ ਨਹੀਂ ਕਰਦੇ ਤੁਸੀਂ ਨਾ ਰੱਖੋ ਜੀ ਠੀਕ ਹੈ ਜੀ ਰੱਖੋ ਤੂੰ ਤਾਂ ਸਲਮਾਨ ਖਾਨ ਨੂੰ ਮਾਤ ਪਾਉਣੇ ਜੀ ਵੇ ਸਲਮਾਨ ਖਾਨ ਹੀ ਪਸੰਦ ਨਾ ਨਾ ਪਸੰਦ ਨਹੀਂ ਉਹ ਪਸੰਦ ਕਰੂਗਾ ਤੁਹਾਨੂੰ ਦੇਖਿਓ ਹੁਣ ਉਹ ਛੜਾ ਹੈ ਹੀ ਤਾਂ ਉਹ ਟੋਲਦਾ ਸੀਗਾ ਹੁਣ ਉਹਨੂੰ ਲੱਭ ਜੂਗੀ ਵੀ ਆ ਹੀ ਵੀ ਪੂਜਾ ਆਪਣੀ ਵਾਲੀ ਦਾ ਹੋਰ ਸੁਣਾਓ ਜੀ ਕੀ ਹੋਬੀਜ਼ ਕੀ ਤੁਹਾਡੇ ਹੋਬੀ ਸਿੰਗਿੰਗ ਡਾਂਸਿੰਗ ਹਾਂਜੀ ਹਾਂਜੀ ਕਰੋ ਸੁਣਾਓ ਜੀ ਫਿਰ ਕੁਛ ਇਹ ਨਾਲ ਇਹ ਕੌਣ ਹੈ ਜੀ ਹਾਂਜੀ ਇਹ ਮੇਰੇ ਹਾਂਜੀ ਦਾ ਹੈ ਫਰੈਂਡ ਨਾਂ ਕੀ ਇਹਦਾ ਅਮਨ ਹੈ ਇਹਦਾ ਨਾਮ ਅਮਨ 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 ਹਾਂ ਹਾਂ ਤਾਂ ਤੁਹਾਡੀ ਗਰਲਫ੍ਰੈਂਡ ਵੀ ਆ ਗਈ ਜੀ ਨਾਲ ਚੱਕ ਲਓ ਜੀ ਫਿਰ ਹਾਂਜੀ ਬੜਾ ਟਾਈਮ ਸੀ ਕ ਲੈਣਾ ਉਦੋਂ ਅਲੜੇ ਨਾਹੀ ਫੋਨ ਹੁੰਦਾ ਨਾਹੀ ਫੇਸਬੁੱਕ ਸੀ ਚਿੱਠੀ ਰਾਹੀ ਸੀ ਦਿਲਾਂ ਦੀ ਗੱਲ ਪੁੱਛਦੇ ਬਸ ਚਿੱਠੀ ਹੀ ਸੁਣਾਉਂਦੀ ਦੁੱਖ ਸੁੱਖ ਸੀ ਕਦੋਂ ਕਿਹੜੇ ਵੇਲੇ ਆਪਾਂ ਕਿੱਥੇ ਮਿਲਣਾ ਟਾਈਮ ਟੇਬਲ ਤੇ ਖਿੱਚ ਹੁੰਦੇ ਸਾਰੇ ਕਿੱਥੋਂ ਬਿਲੋਂਗ ਕਰਦੇ ਹੋ ਜੀ ਮਲੇਰਕੋਟਲਾ ਮਲੇਰਕੋਟਲਾ ਤੋਂ ਹਾਂਜੀ ਇੱਥੇ ਫਿਰ ਹੋਸਟਲ ਕੇ ਕਿੱਦਾਂ ਜੀ ਹੋਸਟਲ ਹੋਸਟਲ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਕੌਣ ਕਰਦਾ ਜ਼ਿਆਦਾ ਮੰਮੀ ਕਰਦੇ ਡੈਡੀ 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 ਜ਼ਿਆਦਾ ਕਰਦੇ ਆ ਬੇਬੇ ਨਹੀਂ ਮੰਮੀ ਵੀ ਬਹੁਤ ਕਰਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਬੇਬੇ ਵੀ ਟੀਵੀ ਦੇਖ ਰਹੀ ਹੈ ਵੀ ਨਾਲ ਕਹਿ ਦੀਆਂ ਹਾਂ ਸਾਰੀਆਂ ਵਿਸ਼ਸ ਪੂਰੀਆਂ ਕਰ ਦਿੰਦੇ ਕਰਦੇ ਡੈਡੀ ਕਰਦੇ ਕਿ ਮੰਮੀ ਦੋਨੋਂ ਹੁਣ ਦੋਨੋਂ ਤੇ ਆ ਗਈ ਦੋਨੋਂ ਹੀ ਕਰਦੇ ਆ ਦੋਨੋਂ ਹੀ ਕਰਦੇ ਬਹੁਤ ਵਧੀਆ ਬਹੁਤ ਵਧੀਆ ਖੜੋ ਜੀ ਖੜੋ ਸਤਿ ਸ਼੍ਰੀ ਅਕਾਲ ਜੀ
ਸ਼ਿਕਾਲ ਜੀ ਹੋਰ ਵਧੀਆ ਜੀ ਹਾਂ ਜੀ ਉਹ ਹੱਸਦੀ ਆਉਂਦੀ ਹੈ ਪਹਿਲਾਂ ਹੀ ਵੀ ਹਾਂ ਹੈ ਜੀ ਕਿੱਦੇ ਵਾਲਿਆਂ ਦਾ ਮੇਨ ਹੱਸਣਾ ਹੀ ਹੁੰਦਾ ਮੇਨ ਹੱਸਣਾ ਹੁੰਦਾ ਸਟੈਪ ਭਾਵੇਂ ਤੁਸੀਂ ਡੇਗ ਜੇ ਪਰ ਹੱਸੋ ਜ਼ਰੂਰ ਐਦਾਂ ਵੀ ਨਹੀਂ ਡਿੱਗਦੇ ਨਾ ਜੇ ਪਾਉਂਦੀ ਪਾਉਂਦੀ ਡਿੱਗ ਜੇ ਜੀ ਨਹੀਂ ਡਿੱਗਦੇ ਤੇ ਜਿਹੜੇ ਮੂਹਰੇ ਡਿੱਗ ਜਾਂਦੇ ਉਹ ਬਹੁਤ ਵਧੀਆ ਖੜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਕਿੱਦਾਂ ਪਾਉਣਾ ਜੀ ਹਾਂਜੀ ਕਿੱਦਾਂ ਹੀ ਪਾਉਣਾ ਜਿੱਥੇ ਤੁਸੀਂ ਪਾਓਗੇ ਫਰਜ ਕਹਿੰਦਾ ਹੋਊਗਾ ਵੀ ਆਹ ਕਿਹੜਾ ਆ ਗਿਆ ਹੋਵੇ ਫੇਵਰੇਟ ਸਟੈਪ ਕਿਹੜਾ ਜੀ ਗਿੱਧੇ ਦਾ ਉਧਰ ਉਧਰ ਲੰਘ ਗਿਆ ਉਹ ਧਰਤੀ ਮਾਤਾ ਹਾਂ ਨਾ ਠੀਕ ਹੈ ਠੀਕ ਹੈ 70 ਕੁ ਕਿਲੋ ਲੱਗਦਾ ਮੈਨੂੰ ਨਾ ਠੀਕ ਹੈ ਅਟੈਕ ਆ ਗਏ ਧਰਤੀ ਮਾਤਾ ਨੂੰ ਮੈਂ ਹਾਲ ਚਾਲ ਪੁੱਛ ਲਈਏ ਬੇਬੇ ਦਾ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਕੀ ਹਾਲ ਮੈਨੂੰ ਤਾਂ ਰਾਤ ਵਿਆਹ 'ਤੇ ਗਏ ਆਈ ਪਾਏ ਫਿਰ ਐਂ ਨਾ ਕੱਲ੍ਹ ਪਰਸੋਂ ਗਏ ਸੀ ਤਾਂ ਮੈਂ ਕਿਹਾ ਚੱਲ ਅੱਜ ਵੀ ਸਾਰੀ ਅੱਜ ਵੀ ਸਾਰੀ ਰਹੀ ਨਹੀਂ ਠੀਕ ਹੈ ਸਾਰੇ ਦੇ ਸੋ ਕੀ ਕਲਾ ਹੀ ਤੁਹਾਡਾ ਫਿਰ ਰੈਪ ਕਰ ਲਈ ਤੇ ਮਾੜਾ ਮੋਟਾ ਰੈਪ ਹਾਂਜੀ ਤੁਹਾਨੂੰ ਸੁਣਾਓ ਜੀ ਫਿਰ ਟੈਟੂ ਮੇਰੀ ਬਾਵਾਂ ਤੇ ਪੋਲਿਸ ਮੇਰੀ ਰਾਵਾਂ ਤੇ ਕੋਕਿਸ ਮੇਰੀ ਐਸਟ੍ਰੇਚ ਐਸ ਕਰਾ ਮੈਂ ਬੈਕ ਸਟੇਜ ਮੇਰੀ ਚੀ ਸ਼ੱਕ ਚ ਟੈਮ ਜਿਨੇ ਦਿਨਾਂ ਤੋਂ ਲੱਗਿਆ ਉਹਨੇ ਦਿਨਾਂ ਤੋਂ ਹੋਰ ਕੋਈ ਕੈਮ ਨਹੀਂ ਜਿਨੇ ਜਿਨਾਂ ਨਾਲ ਲੜਿਆ ਮੇਰੇ ਨਾਲ ਲੜਨਾ ਹੋਰ ਕੋਈ ਚਾਹੀ ਨਹੀਂ ਜੋ ਜੋਰਡਨਸ ਮੇਰੇ ਪੈਰਾਂ 'ਚ ਘੁੰਮਦਾ ਨਵੇਂ ਸ਼ਹਿਰਾਂ 'ਚ ਸ਼ੋਕ ਰੱਖ ਮਾਵਾਂ ਲੱਖਾਂ ਜਿੰਨੀ ਤੇ ਮੈਂ ਕਿਉਂ ਕਰਾ ਸਿੱਖਾਵਾਂ ਤੈਨੂੰ ਮੈਂ ਜਿਵੇਂ ਮੈਂ ਪਿਓ ਇੰਡਸਟਰੀ ਮੇਰੇ ਤੋਂ ਡਰਦੀ ਮੈਂ ਤੇਰੇ ਕੋਲ ਡਰਦਾ ਮੈਂ ਤੇਰੀ ਕੋਲ ਸੁਣਾ ਮੈਨੂੰ ਤੇਰੀ ਡੋਰ ਨਹੀਂ ਸੁਣੀ ਨਜ਼ਦੀ ਜਿਵੇਂ ਮੋੜਨੀ ਲੱਕ ਪਤਲਾ ਜਿਵੇਂ ਮੈਂ ਸਕੋਟ ਨੋਲੀ ਮਤ ਮੈਨੂੰ ਬੋਲ ਬੋਲ ਛੋਟੀ ਸੋਚ ਗੱਲਾਂ ਵੱਡੀਆਂ ਵੀਡੀਓ 'ਚ ਰੈਂਟ ਗੱਡੀਆਂ ਮਿਸਾਈ ਪੱਕੀ ਕੈਲੀਫੋਰਨੀਆ ਦੀ ਗੱਲਾਂ ਚੁੱਕੋ ਬਟਰ ਜ਼ਿੰਦਗੀ ਪਤਾ ਕਿਵੇਂ ਤੋਰਦੇ ਸਵਿਚ ਸਵਿਚ ਫਿਊਚਰ ਮੇਰੇ ਹੱਥਾਂ 'ਚ ਮੈਂ ਬੈਂਕ ਆਊਟ ਮੇਰੇ ਲੱਖਾਂ 'ਚ ਜੋ ਦੇਖਿਆ ਜੋ ਸੁਪਨੇ 'ਚ ਲੈ ਕੇ ਫਿਰਦਾ ਮੈਂ ਹੱਥਾਂ 'ਚ ਬਹੁਤ ਕੀ ਨਾਮ ਤੁਹਾਡਾ ਸੰਦੀਪ ਸੰਦੀਪ ਇਹ ਤੁਹਾਡੀ ਹੋਬੀਜ਼ ਕਾਹਦੀਆਂ ਜੀ ਹੋਬੀ ਵੀਰੇ ਗਾਣੇ ਲਿਖਣਾ ਗਾਣੇ ਲਿਖਣਾ ਸੁਣਾਓ ਜੀ ਫਿਰ ਮੇਰੇ ਹਿੱਸੇ ਆਈਆਂ ਯਾਰ ਦੋ ਕੁੜੀਆਂ ਦੋ ਕਿੱਦਾਂ ਗਈਆਂ ਯਾਰ ਪਤਾ ਲੱਗ ਜੂਗਾ ਅੱਛਾ ਮੇਰੇ ਹਿੱਸੇ ਆਈਆਂ ਯਾਰ ਦੋ ਕੁੜੀਆਂ ਦੋਵੇਂ ਯਾਰ ਪੁੱਠੇ ਰਾਹੋਂ ਮੁੜੀਆਂ ਪਿੰਡ ਵਾਲੀ ਵੇਖੇ ਮੋੜਾ ਉੱਤੇ ਖੜਕੇ ਪਿੰਡ ਵਾਲੀ ਕਹਿੰਦੀ ਆ ਜਾ ਰਾਂਝਾ ਬਣ ਕੇ ਵੇ ਲੈ ਜਾ ਚੂਰੀ ਫੜਕੇ ਸ਼ਹਿਰ ਵਾਲੀ ਕਹਿੰਦੀ ਜਰਾ ਆਇਓ ਤੜਕੇ ਜੀ ਬਟੂਏ ਨੂੰ ਭਰ ਕੇ ਪਰ ਸ਼ਹਿਰ ਵਾਲੀ ਕੁੜੀ ਇੱਕ ਗੱਲੋਂ ਬੜੀ ਚੰਗੀ ਧੱਕੇ ਨਾਲ ਦਿਲ ਵਿੱਚ ਬਹਿ ਗਈ ਵੜ ਕੇ ਪਿੰਡ ਵਾਲੀ ਕਹਿੰਦੀ ਆ ਜਾ ਰਾਂਝਾ ਬਣ ਕੇ ਵੇ ਲੈ ਜਾ ਚੂਰੀ ਫੜ ਕੇ ਤੇਰੀ ਹੈ ਮੈਨੂੰ ਕੀ ਪੁੱਛਦਾ ਤੇਰੀ ਮੈਂ ਕਿਹਾ ਬਾਈ ਸਲਾਹ ਕਰ ਲਈ ਪਿੰਡ ਵਾਲੀ ਕਹਿੰਦੀ ਆ ਜਾ ਰਾਂਝਾ ਬਣ ਕੇ ਵੇ ਲੈ ਜਾ ਚੂਰੀ ਫੜ ਕੇ ਸ਼ਹਿਰ ਵਾਲੀ ਕਹਿੰਦੀ ਜਰਾ ਆਇਓ ਤੜਕੇ ਜੀ ਬਟੂਏ ਨੂੰ ਭਰ ਕੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੀ ਨਾਮ ਤੁਹਾਡਾ ਰਾਜਦੀਪ ਸਿੰਘ ਕੀ ਪੇਸ਼ ਕਰੋਗੇ ਜੀ ਸੌਂਗ ਜੀ ਹਾਂ ਸੁਣਾਓ 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 ਤੇਰਾ ਸੂਟ ਪੰਜਾਬੀ ਤੇਰਾ ਸੂਟ ਪੰਜਾਬੀ ਕੱਢਮੀ ਜੁੱਤੀ ਫੱਬਦੀ ਏ ਤੇਰੇ ਵਰਗੀ ਅੱਜ ਕੱਲ੍ਹ ਢਾਵੀ ਢਾਵੀ ਲੱਭਦੀ ਏ ਤੂੰ ਧਰਤੀ ਵੀ ਨਹੀਂ ਤੂੰ ਧਰਤੀ ਵੀ ਨਹੀਂ ਅਰਸ਼ੋ ਆਈ ਪਰਹੋਣੀ ਲੱਗਦੀ ਏ ਨੀ ਪਰਹੋਣੀ ਲੱਗਦੀ ਏ ਜਦੋਂ ਸਿਰ ਤੇ ਲਵੇਂ ਦੁਪੱਟਾ ਨੀ ਬਹੁਤੀ ਸੋਹਣੀ ਲੱਗਦੀ ਏ ਜਦੋਂ ਸਿਰ ਤੇ ਲਵੇਂ ਦੁਪੱਟਾ ਨੀ ਬਹੁਤੀ ਸੋਹਣੀ ਲੱਗਦੀ ਏ ਤੇਰਾ ਝੁਮਕਾ ਤੇਰਾ ਝੁਮਕਾ ਤੇਰਾ ਝੁਮਕਾ ਸੋਹਣੀ ਏ ਝੁਮਕਾ ਤੇਰਾ ਝੁਮਕਾ ਚੁੰਨੀ ਓਲਿਓ ਕਰੇ ਇਸ਼ਾਰੇ ਨੀ ਤੇਰੇ ਵਾਲਾਂ ਵਿੱਚ ਲਾ ਚੀਰ ਚਾਤੀਆਂ ਮਾਰੇ ਨੀ ਤੇਰੀ ਟੇਢੀ ਤੇਰੀ ਟੇਢੀ ਤੱਕਣੀ ਨਾਲ ਭੋਲਿਆਂ ਦਿਲਾਂ ਨੂੰ ਠੱਗਦੀ ਏ ਨੀ ਦਿਲਾਂ ਨੂੰ ਠੱਗਦੀ ਏ ਜਦੋਂ ਸਿਰ ਤੇ ਲਵੇਂ ਦੁਪੱਟਾ ਨੀ ਬਹੁਤੀ ਸੋਹਣੀ ਲੱਗਦੀ ਏ ਸਿਰ ਤੇ ਲਵੇਂ ਦੁਪੱਟਾ ਨੀ ਬਹੁਤੀ ਸੋਹਣੀ ਲੱਗਦੀ ਏ ਮੇਕਅਪ ਬਹੁਤ ਕੀਤਾ ਅੱਜ ਕਰਨਾ ਪੈਂਦਾ ਤੁਹਾਡਾ ਸਰਦਾ ਨੀ ਇਸਦਾ ਨਾ ਹਨਾ ਇੱਥੇ ਆਈ ਆ ਜੀ ਨਾ ਕੇ ਤੁਸੀਂ ਵੀ ਨਹੀਂ ਆਉਂਦੀਆਂ ਵੈਸੇ ਮੈਂ ਹਿਸਾਬ ਲਾਇਆ ਤੁਸੀਂ ਵੀ ਪਤਾ ਕਿੰਨਾ ਕਿ ਨਾ ਕਿ ਹੁੰਦਾ ਆ ਮਾਈਕ ਫੜੋ ਜੀ ਤੁਹਾਨੂੰ ਮੈਂ ਮੇਕਅਪ ਵਾਲੀ ਗੱਲ ਦੱਸਦਾ ਜੀ ਸੋ ਮੇਕਅਪ ਬਹੁਤ ਕਨਫਿਊਜ਼ ਕਰਦਾ ਜੀ ਹਨਾ ਆਪਾਂ ਸਾਰਿਆਂ ਨੂੰ ਕਨਫਿਊਜ਼ ਬਹੁਤ ਕਰਦਾ ਇੱਕ ਵਾਰ ਅਸੀਂ ਗੇੜੀਆਂ ਲਾਉਂਦੇ ਸੀਗੇ ਤੇ ਦੋ ਬਲਾਵਾਂ ਹਾਂ ਉਹ ਦੋ ਜਣੀਆਂ ਐਕਟਿਵਾ ਦੇ ਉੱਤੇ ਜਾਣ ਤੇ ਨਾਲ ਦੇ ਇਸ਼ਾਰੇ ਕਰੀ ਜਾਣ ਐਕਟਿਵਾ ਵਾਲਾ ਵੀ ਹੈ ਸੱਜੇ ਮੁੜੂਗਾ ਉਹਨਾਂ ਨੂੰ ਸੱਜੇ ਮੁੜੂਗੀ
ਅਸੀਂ ਗੱਡੀ ਉੱਤੇ ਮੈਂ ਤੇ ਮੇਰਾ ਦੋਸਤ ਪੰਨੂ ਅਸੀਂ ਪੂਰੀਆਂ ਅਸੀਂ ਕਿਹਾ ਵੀ ਲੈ ਵੀ ਆ ਹੱਸੀ ਵੀ ਜਾਂਦੀਆਂ ਇਸ਼ਾਰੇ ਵੀ ਕਰੀ ਜਾਂਦੀਆਂ ਵੀ ਅੱਜ ਮੰਨ ਗਈਆਂ ਅੱਜ ਦਾ ਦਿਨ ਬਹੁਤ ਵਧੀਆ ਫਿਰ ਤਾਂ ਤੁਸੀਂ ਭੂਤ ਹੋਏ ਨਾ ਦੱਸ ਸੁਣੋ ਕੀ ਹੋਇਆ ਕੀ ਕਾਲੀ ਤੂੰ ਵੀ ਬਹੁਤ ਹੈ ਅੱਗੇ ਗੱਲ ਸੁਣੋ 7 ਕਿਲੋਮੀਟਰ ਇਹਨੂੰ ਲੰਘ ਗਈਆਂ ਫਿਰ ਬ੍ਰੇਕ ਜੀ ਮਾਰੀ ਮੈਂ ਕਿਹਾ ਹੁਣ ਖੜ ਗਈਆਂ ਫਿਰ 4 ਕਿਲੋਮੀਟਰ ਇਹਨੂੰ ਲੰਘ ਗਈਆਂ 11 ਕਿਲੋਮੀਟਰ ਹੋ ਗਏ ਫਿਰ ਮੈਂ ਕਿਹਾ ਵੀ ਇਹ ਤਾਂ ਤੇਲ ਬਹੁਤ ਮੱਚ ਰਿਹਾ ਹੈ ਕਿ ਨਹੀਂ ਤੁਹਾਨੂੰ ਪਤਾ ਉਹਨਾਂ ਕੀ ਪੈਸਾ ਹੁੰਦਾ ਸਾਡੇ ਕੋਲ ਗ੍ਰੈਜੂਏਸ਼ਨ ਦੀ ਗੱਲ ਹੈ ਅੱਗੇ ਜਾ ਕੇ ਜੂਸ ਵਾਲੀ ਰੇਹੜੀ ਕੋਲ ਉਹ ਉਹਨਾਂ ਨੇ ਐਕਟੀਵਾ ਲਾਇਆ ਮੇਕਅਪ ਬਹੁਤ ਕੀਤਾ ਸੀਗਾ ਮੇਰਾ ਬਹੁਤ ਮੈਂ ਬਹੁਤ ਖੁਸ਼ ਮੈਂ ਕਿਹਾ ਲੈ ਜੀ ਐਕਟੀਵਾ ਲੱਗ ਗਿਆ ਜੂਸ ਵਾਲੀ ਰੇਹੜੀ ਕੋਲ ਇੱਧਰੋਂ ਮੈਂ ਹੌਲੀ ਜੀ ਬਾਰੀ ਖੋਲ੍ਹੀ ਉੱਧਰੋਂ ਉੱਧਰੋਂ ਉਹ ਹੱਸ ਰਹੇ ਸੀ ਮੈਂ ਬਸ ਜਾਣ ਹੀ ਲੱਗਾ ਸੀਗਾ ਜੀ ਕੋਲ ਬਸ ਪੁੱਛਣ ਹੀ ਲੱਗਾ ਸੀਗਾ ਮੇਕਅਪ ਬਹੁਤ ਕੀਤਾ ਸੀ ਮੈਨੂੰ ਕਹਿੰਦੀ ਹਾਏ ਹਾਏ ਜੂਸ ਹੀ ਪਿਆ ਦੇ ਤੇ ਮੇਕਅਪ ਬਹੁਤ ਕਨਫਿਊਜ਼ ਕਰ ਦਿੰਦਾ ਪਰ ਤੁਸੀਂ ਜੱਚ ਰਹੇ ਹੋ ਸੋਹਣੇ ਲੱਗ ਰਹੇ ਤੁਸੀਂ ਤੇ ਹੁਣ ਪਤਾ ਲੱਗਿਆ ਜੀ ਉਹ ਬੁਲਾਵਾ ਕੌਣ ਸੀ ਹਾਂ ਹੁਣ ਅਸੀਂ ਭੂਤ ਨਹੀਂ ਹੈਗੇ ਮੇਕਅਪ ਕਰਕੇ ਬਹੁਤ ਵਧੀਆ ਬਹੁਤ ਵਧੀਆ ਤੁਹਾਡੀ ਹੋਬੀਜ਼ ਕੀ ਹੈ ਤੁਹਾਡੀਆਂ ਗਿੱਧਾ ਭੰਗੜਾ ਭੰਗੜੇ ਦਾ ਸਟੈਪ ਕਰੋ ਗਿੱਧਾ ਤੁਹਾਨੂੰ ਦੇਖੂੰਗਾ ਭੰਗੜੇ ਦਾ ਸਟੈਪ ਕੋਈ ਵੀ ਉੱਠ ਮੇਰੀ ਹੰਨਣੇ ਨਹੀਂ ਬਣ ਜਾ ਪਟੋਲਾ ਗਿੱਧੇ ਵਿੱਚ ਲੈ ਕੇ ਆ ਜਾ ਕੁੜੀਆਂ ਦਾ ਟੋਲਾ ਉਹ ਕਾਲੀ ਜੁੱਤ ਨੂੰ ਘੁਮਾ ਕੇ ਨਹੀਂ ਤੂੰ ਪੀਲਾ ਸੂਟ ਪਾ ਕੇ ਹਾਂ ਜੁੱਤ ਨੂੰ ਘੁਮਾ ਕੇ ਨਹੀਂ ਤੂੰ ਪੀਲਾ ਸੂਟ ਪਾ ਕੇ ਮੁੰਡੇ ਪੱਟ ਤੇ ਹਾਣ ਦੇ ਹਾਣੀ ਹਾਏ ਹਾਣੀ ਨੀ ਮੈਂ ਕੈਪਟਨ ਭੰਗੜੇ ਦਾ ਸੋਣੀਏ ਕਿਸੇ ਦਾ ਜੀ ਜੇ ਸ਼ਾਨਪੁਰਾ ਵੇਚਦਾ ਜੀ ਬਹੁਤ ਵਧੀਆ ਲੱਗਿਆ ਜੀ ਕੁੜੀਆਂ ਦਾ ਗਿੱਧਾ ਸੋ ਹੁਣ ਮੇਰਾ ਹੋ ਚੁੱਕਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ ਅਤੇ ਫਰੀਦਕੋਟ ਦੇ ਵਿੱਚ ਲੱਗੀਆਂ ਹੋਈਆਂ ਨੇ ਜੀ ਪੂਰੀਆਂ ਰੌਣਕਾਂ ਸੋ ਇਸ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਮੇਰੇ ਨਾਲ ਨੇ ਜੀ ਇਹਨਾਂ ਨਾਲ ਆਪਾਂ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਵਨੀਤ ਜੀ ਕੀ ਹਾਲ ਆ ਤੁਹਾਡਾ ਬਹੁਤ ਵਧੀਆ ਜੀ ਤੁਹਾਡਾ ਪ੍ਰੋਗਰਾਮ ਸਾਡੀ ਇਹ ਜੋ ਨੌਜਵਾਨ ਪੀੜ੍ਹੀ ਆ ਉਹਦੇ ਵਿੱਚ ਬਹੁਤ ਪ੍ਰਸਿੱਧ ਹੋ ਰਿਹਾ ਸਾਨੂੰ ਸਾਡੇ ਪੁਰਾਣੇ ਸਟੂਡੈਂਟਸ ਜੋ ਅਮਰੀਕਾ ਕੈਨੇਡਾ ਤੋਂ ਇਸ ਪ੍ਰੋਗਰਾਮ ਨੂੰ ਦੇਖ ਕੇ ਕਈ ਵਾਰ ਸਾਨੂੰ ਫੋਨ ਕੀਤਾ ਅਤੇ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਆ ਕਿ ਇਸ ਕੰਟੀਨੀ ਮੰਡੀਰ ਦੀ ਸਾਰੀ ਟੀਮ ਨੂੰ ਅਸੀਂ ਆਦੇਸ਼ ਕਾਲਜ ਦੇ ਵਿੱਚ ਬੁਲਾਈਏ ਅੱਜ ਤੁਹਾਨੂੰ ਬੁਲਾ ਕੇ ਅਸੀਂ ਸਾਰੇ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਜਿਸ ਤਰ੍ਹਾਂ ਤੁਹਾਡਾ ਪ੍ਰੋਗਰਾਮ ਸਾਰੀ ਦੁਨੀਆ ਦੇ ਵਿੱਚ ਉਚਾਈਆਂ ਛੂ ਰਿਹਾ ਆਦੇਸ਼ ਸੰਸਥਾਵਾਂ ਜਿੱਥੇ ਤੁਸੀਂ ਅੱਜ ਇੱਥੇ ਖੜ੍ਹੇ ਹੋ ਆਦੇਸ਼ ਫਰੀਦਕੋਟ ਕੈਂਪਸ 1996 ਤੋਂ ਬਣਿਆ ਹੋਇਆ ਕੈਂਪਸ ਹੈ ਇੱਥੇ ਬੀ ਟੈਕ ਐੱਮ ਬੀ ਏ ਐੱਮ ਟੈਕ ਦੇ ਕੋਰਸਿਸ ਚੱਲ ਰਹੇ ਨਾਲ ਦੇ ਕਾਲਜ ਦੇ ਵਿੱਚ ਪੋਲੀਟੈਕਨਿਕ ਵੀ ਹੈ ਅਤੇ ਸਾਰੇ ਕੋਰਸਿਸ ਕਰਾਏ ਜਾ ਰਹੇ ਅਤੇ ਇੱਥੋਂ ਦੇ ਪ੍ਰੋਫੈਸ਼ਨਲਸ ਪਿਛਲੇ 16 ਸਾਲਾਂ ਤੋਂ ਸਾਰੀ ਇੰਡਸਟਰੀ ਦੇ ਵਿੱਚ ਫੈਲ ਚੁੱਕੇ ਆ ਜ਼ੋਰਦਾਰ ਤਾਰੀਆਂ ਸਾਡੇ ਆਦੇਸ਼ ਦੇ ਇੰਜੀਨੀਅਰਸ ਦੇ ਨਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਅਤੇ ਸੁਣਾਓ ਜੀ ਫਿਰ ਕੁੱਕਰੀ ਖੜੋਤਾ ਬਿੱਲੀ ਵਾਂਗੂ ਛੈ ਗਿਆ ਰੱਬੜੇ ਤੇ ਨਾਲੀ ਦਾ ਪਟਾਕਾ ਪੈ ਗਿਆ ਛੋਲੇ ਚਾਲ ਮਾਰ ਟੱਪ ਦਿੰਦੇ ਕੰਧ ਜੀ
ਮੁੰਡੇ ਛਾਲ ਮਾਰ ਟੱਪ ਜਾਂਦੇ ਕਹਿੰਦੇ ਜੀ ਕੰਗਾ ਨੇ ਤਿਲਕ ਕੇ ਬਣਾ ਲੇ ਦੰਦ ਜੀ ਆ ਰਜ ਬਲੀ ਨਾਮ ਏ ਖੁਦਾ ਦਾ ਰੱਟ ਲੂ ਛੜਾ ਚੰਗਾ ਨਾਰ ਤੋਂ ਬਗੈਰਾ ਕੱਟ ਲੂ ਤੇਰਾ ਕੀ ਸਿਫਤ ਤੇਰੇ ਚਿੱਟੇ ਦੰਦਾਂ ਦੀ ਕਰਾਂ ਕੀ ਸਿਫਤ ਤੇਰੇ ਚਿੱਟੇ ਦੰਦਾਂ ਦੀ ਕੁੱਕਰ ਕੋਲੇ ਹੈਗੀ ਆ ਮਸ਼ੀਨ ਛੰਦਾਂ ਦੀ ਆ ਤੇਰਾ ਜਿਵੇਂ ਵੀਰ ਨੀ ਕਰਦੇ ਪਤੀਲਾ ਤੇਰਾ ਜੀਵੇ ਵੀਰ ਨੀ ਜਦ ਬਿਨਾ ਮੇਰਾ ਉੱਥੇ ਨਾ ਸਰੀਰ ਨੀ ਆ ਦੋਖ ਪੱਤੇ ਚਾਹ ਦੇ ਪਤੀਲਾ ਪਾਣੀ ਦੋਖ ਪੱਤੇ ਚਾਹ ਦੇ ਪਤੀਲਾ ਪਾਣੀ ਦਾ ਪੈ ਗਿਆ ਰਵਾਜ ਖਸਮਾਂ ਨੂੰ ਖਾਣੀ ਦਾ ਪੈ ਗਿਆ ਰਵਾਜ ਖਸਮਾਂ ਨੂੰ ਖਾਣੀ ਦਾ ਦੋਖ ਪੱਤੇ ਚਾਹ ਦੇ ਪਤੀਲਾ ਪਾਣੀ ਦਾ ਪੈ ਗਿਆ ਰਵਾਜ ਖਸਮਾਂ ਨੂੰ ਖਾਣੀ ਦਾ ਚਾਹ ਦਾ ਰਵਾਜ ਪੈ ਗਿਆ ਸੀ ਕੁੱਲ ਨੂੰ ਚਾਹ ਦਾ ਰਵਾਜ ਪੈ ਗਿਆ ਸੀ ਕੁੱਲ ਨੂੰ ਬੱਕਰੀ ਚੜ੍ਹਾਤੀ ਬੈਠ ਕੇ ਤੇ ਮੁੱਲ ਨੂੰ ਘੰਟੇ ਬਾਕੀ ਹੈ ਕੱਲ ਦਾ ਦਿਨ ਨਹੀਂ ਚੜ੍ਹਨਾ ਤੁਹਾਡੇ ਕਿਹੜੇ ਐਸੇ ਕੰਮ ਹੈ ਜਿਹੜੇ ਕਰਨੇ ਬਾਕੀ ਹੈ ਅੱਜ ਕਰੋਗੇ ਸਾਰੇ ਕੰਮ ਨਿਬੇੜ ਲੈਣੇ ਜੀ ਆਪਾਂ ਸਾਰੇ ਕਿਹੜੇ ਕਿਹੜੇ ਕੰਮ ਦੱਸੋ ਕਿਹੜੇ ਕਿਹੜੇ ਸਾਰੇ ਕੰਮ ਜਿਹੜੇ ਰੂਟੀਨ 'ਚ ਹੁੰਦੇ ਆ ਕਿਹੜੇ ਕਿਹੜੇ ਜੀ ਸਵੇਰੇ ਉੱਠਣਾ ਨਹਾਉਣਾ ਧੋਣਾ ਸਾਰਾ ਕਰਕੇ ਬਸ ਕਿ ਨੋਰਮਲੀ ਰਹੋਗੇ ਨੋਰਮਲ ਕੁਝ ਇਹੋ ਜਿਹਾ ਕੰਮ ਨਹੀਂ ਜਿਹੜੀ ਕੋਈ ਜ਼ਿੰਮੇਵਾਰੀ ਹੋਵੇ ਕੋਈ ਜਿਹੜੀ ਸਾਰੀਆਂ ਪੂਰੀਆਂ ਹੋਈਆਂ ਪਈਆਂ ਜੀ ਹੁਣ ਵਿਆਹ ਗਏ ਜੀ ਵਿਆਹ ਗਏ ਉਹ ਤਾਂ ਹੀ ਤੰਗ ਹੀ ਮੈਂ ਵੀ ਕਹਾਂ ਖੁਸ਼ੀ ਕਿਉਂ ਨਹੀਂ ਹੈਗੀ ਚਿਹਰੇ 'ਤੇ ਇਹ ਕਹਿੰਦੇ ਵੀ ਸਾਰੇ ਹੋ ਹੀ ਗਏ ਕੰਮ ਆਪਣੇ ਨਾਲ ਹਾਂਜੀ ਹਾਂਜੀ ਨਹੀਂ ਠੀਕ ਹੈ ਜੀ ਟੀਚਰਸ ਨਾਲ ਪੂਰੀ ਗੱਲਬਾਤ ਹੋ ਗਈ ਜੀ ਹੁਣ ਆਪਾਂ ਬੈਕ ਟੂ ਬੇਸਿਕਸ ਫਨ ਕਰੀਏ ਆ ਦੇਖੋ ਇਹਦੇ ਨਾਲ ਕੀ ਬੰਦਾ ਫਨ ਕਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਤੁਹਾਡਾ ਸੰਦੀਪ ਜੀ ਸੰਦੀਪ ਹਾਂਜੀ ਅਤੇ ਕੀ ਸ਼ੌਂਕ ਜੀ ਤੁਹਾਡੇ ਸਿੰਗਿੰਗ ਜੀ ਸਿੰਗਿੰਗ ਹਾਂਜੀ ਆਹ ਕਿਹੜਾ ਸਿੰਗਿੰਗ ਹੋਇਆ ਚਲੋ ਸੁਣਾਓ ਜਿਹੜਾ ਵੀ ਹੈਗਾ ਵਧੀਆ ਹੋਊਗਾ ਇਕੱਠੇ ਨੇ ਮਿਲ ਕੇ ਗਾਉਣੇ ਚਲੋ ਇਕੱਠੇ ਗਾ ਅਸੀਂ ਕੋਟ ਕਪੂਰੇ ਦੇ ਇਹੋ ਮੱਕਾ ਯਾਰਾਂ ਦਾ ਫਿਰ ਦੇ ਸਪਲੈਂਡਰ ਤੇ ਤੈਨੂੰ ਚਸਕਾ ਕਾਰਾਂ ਦਾ ਧੋਖਾ ਸਹਿਣੀ ਹੋਣਾ ਕੋਟ ਵਾਲਾ ਤੇਰਾ ਥੋੜੇ ਦਿਲ ਦਾ ਏ ਧੋਖਾ ਦੇਵੀ ਨਾ ਤੂੰ ਦੇਵੀ ਭਾਵੇਂ ਜ਼ਹਿਰ ਕੁੜੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਅਨੂਕ੍ਰਿਤੀ ਅਨੂ ਤੇ ਕ੍ਰਿਤੀ ਨਾਂ ਦੋਣੀ ਰੱਖ ਲਏ ਤੁਸੀਂ ਵੈਸੇ ਮੇਰਾ ਨਾਮ ਬਾਰਬੀ ਵੀ ਹੈ ਨਾ ਹੀ ਰੱਖ ਲਿਆ ਗੱਲਬਾਤ ਹੈ ਨਹੀਂ ਐਡੀ ਅੱਛਾ ਹੈਗੀ ਹੈ ਹੈਗੀ ਹੈਗੀ ਬੜੀ ਹੈ ਬੜੀ ਗੱਲਬਾਤ ਬਹੁਤ ਵਧੀਆ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਕੁੜੀ ਦੀਆਂ ਗੀਤ ਸੁਣਾਓ ਜੀ ਕੋਈ ਮੈਨੂੰ ਆਉਂਦਾ ਹੀ ਨਹੀਂ ਕੀ ਆਉਂਦਾ ਫਿਰ ਤੁਹਾਨੂੰ ਕੁਝ ਨਹੀਂ ਕੁਝ ਨਹੀਂ ਹੱਸਣਾ ਤੇ ਆਉਂਦਾ ਹੱਸ ਕੱਢ ਗਾਲ ਗਾਲ ਕੱਢ ਨੂੰ ਨਾ ਕੱਢੀ ਨਾ ਟੀ ਵੀ 'ਤੇ ਆ ਜਾਏਗੀ ਰਹਿਣ ਬਹੁਤ ਵਧੀਆ ਖੜੋ 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 ਕੀ ਗਾਲ ਗਾਲ ਕੱਢਣੀ ਨਾ ਰਹਿਣ ਦੇ ਤਾਂ ਲੱਗਦੀ ਵੀ ਗਾਲ ਵਰਗੀ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਧਰੋਂ ਭੱਜ ਆਇਓ ਛੋਟੇ ਜਿਹੇ ਲਾ ਦਿਓ ਜੇ ਹੈਂਜੀ ਸਕੂਲੋਂ ਭੱਜ ਆਇਓ ਡਰੀ ਕੇ ਜਾਂਦਾ ਹਾਂ ਲੈ ਹੈ ਠੀਕ ਹੈ ਹਾਂਜੀ ਕੀ ਸੁਣਾਏਗਾ ਫਿਰ ਡਾਂਸਰ ਟੂ ਹੈ ਡਾਂਸਰ ਟੂ ਸੁਣਾਓ ਫਿਰ ਪੜੋ ਉਹ ਇੱਕ ਤੇਰੇ ਕਰਕੇ ਰੁਲੀਆਂ ਸਭ ਪੜਾਈਆਂ ਵੇ ਅੱਛਾ ਵੇ ਮੈਂ ਕੁੜੀਆਂ ਦੇ ਵਿੱਚ ਚੱਲੀ ਜਈ ਅਖਵਾਉਣੀ ਆ ਤੂੰ ਕੀ ਜਾਣੇ ਤੇਰੇ ਤੇ ਕਿੰਨਾ ਮੈਂ ਮਰਦੀ ਮੈਂ ਮਰਦੀ ਮੈਂ ਮਰਦੀ ਵੇ ਮੈਂ ਲਾਂਸਰ ਛੱਡ ਕੇ ਮਿੰਨੀ ਬਸ ਵਿੱਚ ਆਉਣੀ ਆ ਮੈਂ ਲਾਂਸਰ ਛੱਡ ਕੇ ਮਿੰਨੀ ਬਸ ਵਿੱਚ ਆਉਣੀ ਆ ਵੇ ਮੈਂ ਵਿੱਚ ਕਿਤਾਬਾਂ ਥਾਂ ਥਾਂ ਲਿਖਿਆ ਨਾ ਤੇਰਾ ਕਿਤੇ ਭੈਣਾ ਜਾਣ ਵਿਛੋੜੇ ਡਰਦਾ ਦਿਲ ਮੇਰਾ ਕਿਉਂ ਤੂੰ ਗੱਲ ਗੱਲ ਉੱਤੇ ਮੇਣੇ ਮਾਰਦਾ ਰਹਿਣਾ ਏ ਆਪਣਾ ਨੀ ਕੋਈ ਮੇਲ ਕਿਉਂ ਏਦਾਂ ਕਹਿਣਾ ਏ ਵੇ ਮੈਂ ਤੇਰੀ ਖਾਤਰ ਤਰਜੂ ਸੱਜਣਾ ਕੱਚਿਆਂ ਤੇ ਵੇ ਮੈਂ ਤੇਰੀ ਖਾਤਰ ਤਰਜੂ ਸੱਜਣਾ ਕੱਚਿਆਂ ਤੇ ਵੇ ਮੈਂ ਰੱਬ ਦੇ ਵਾਂਗੂ ਤੇਰਾ ਨਾਮ ਤੇ ਆਉਂਦੀ ਆਂ ਤੂੰ ਕੀ ਜਾਣੇ ਤੇਰੇ ਤੇ ਕਿੰਨਾ ਮੈਂ ਮਰਦੀ ਮੈਂ ਮਰਦੀ ਮੈਂ ਮਰਦੀ ਵੇ ਮੈਂ ਲਾਂਸਰ ਛੱਡ ਕੇ ਮਿੰਨੀ ਬਸ ਵਿੱਚ ਆਉਂਦੀ ਹੁਣ ਮਾਹੌਲ ਅਸੀਂ ਬੰਨਣ ਲੱਗੇ ਜੀ ਇੱਕ ਵਾਰੀ ਹੋਰ ਦੇਖੋ ਭੰਗੜਾ ਤੁਹਾਨੂੰ ਦਿਖਾਤਾ ਗਿੱਧਾ ਵੀ ਤੁਹਾਨੂੰ ਦਿਖਾਤਾ ਹੁਣ ਅਸੀਂ ਦਿਖਾਵਾਂਗੇ ਜੀ ਨੌਜਵਾਨਾਂ ਗੱਭਰੂਆਂ ਦਾ ਮਲਵਈ ਗਿੱਧਾ ਵੀ ਪਹਿਲਾ ਨਾਂ ਸਤਿਗੁਰ ਦਾ ਲਈਏ ਜਿਸਨੇ ਜਗਤ ਰਚਾਇਆ ਭਾਈ ਭਾਂਤ ਭਾਂਤ ਦੇ ਫੁੱਲ ਖਿਲਾ ਕੇ ਭਾਂਤ ਭਾਂਤ ਦੇ ਫੁੱਲ ਖਿਲਾ ਕੇ ਸੋਹਣਾ ਬਾਗ ਬਣਾਇਆ ਭਾਈ ਕਦੇ ਕਿਸੇ ਦੀ ਕਹੀ ਨੀ ਸੁਣਦਾ ਕਦੇ ਕਿਸੇ ਦੀ ਕਹੀ ਨੀ ਸੁਣਦਾ ਕਰਦਾ ਜੋ ਮਨ ਆਇਆ ਗਿੱਧਾ ਪਾਓ ਮੁੰਡਿਓ
ਸਿਰ ਸਤਿਗੁਰ ਦੀ ਛਾਇਆ ਕਿੱਦਾਂ ਪਾਉ ਮੁੰਡਿਓ ਸਿਰ ਸਤਿਗੁਰ ਦੀ ਛਾਇਆ ਕਿੱਦਾਂ ਪਾਉ ਮੁੰਡਿਓ ਸਤਿਗੁਰ ਦੀ ਛਾਇਆ ਕਿੱਦਾਂ ਪਾਉ ਮੁੰਡਿਓ ਓ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਗੜਦੀ ਬਈ ਉੱਥੋਂ ਦੀ ਕਿਨਾਰ ਸੁਣੀਦੀ ਓ ਉੱਥੋਂ ਦੀ ਕਿਨਾਰ ਸੁਣੀਦੀ ਖੂਹ ਤੋਂ ਪਾਣੀ ਪਰਦੀ ਬਈ ਉੱਚਾ ਚਬਾਰਾ ਉੱਚੀਆਂ ਪੌੜੀਆਂ ਓ ਉੱਚਾ ਚਬਾਰਾ ਉੱਚੀਆਂ ਪੌੜੀਆਂ ਸੈਂਡਲ ਪਾਪਾ ਚੜ੍ਹਦੀ ਉਹ ਲੱਕੇ ਉਹਦਾ ਪਤਲਾ ਜਿਹਾ ਵਿਆਹ ਕਰਵਾਉਣੋਂ ਡਰਦੀ 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 ਉਹ ਲੱਕੇ ਉਹਦਾ ਪਤਲਾ ਜਿਹਾ ਓ ਚੋਛੜਿਆਂ ਨੇ ਲਿਆਂਦੀ ਬਾਂਦਰੀ ਵੀ ਸਾਰੀ ਰਾਤ ਨਚਾਈ ਵੀ ਪਹਿਲੇ ਨੇ ਉਹਦੇ ਪਾਤਾ ਕੋਕਾ ਓ ਪਹਿਲੇ ਨੇ ਉਹਦੇ ਪਾਤਾ ਕੋਕਾ ਦੂਜੇ ਨੇ ਝਾਂਜਰ ਪਾਈ ਵੀ ਤੀਜੇ ਨੇ ਉਹਦੇ ਲਾਤੀ ਸੁਰਖੀ ਓ ਤੀਜੇ ਨੇ ਉਹਦੇ ਲਾਤੀ ਸੁਰਖੀ ਚੌਥੇ ਨੇ ਕਗਰੀ ਪਾਈ ਮੇਲਾ ਚੜਿਆ ਦਾ ਦੁਨੀਆ ਦੇਖਣ ਆਈ ਮੇਲਾ ਚੜਿਆ ਦਾ ਦੁਨੀਆ ਦੇਖਣ ਆਈ ਉਹ ਮੇਲਾ ਚੜਿਆ ਦਾ ਦੁਨੀਆ ਦੇਖਣ ਆਈ ਉਹ ਮੇਲਾ ਚੜਿਆ ਦਾ ਦੁਨੀਆ ਦੇਖਣ ਆਈ ਉਹ ਮੇਲਾ ਚੜਿਆ ਦਾ ਨਾਈਆਂ ਦੇ ਘਰ ਮੱਝ ਲਵੇਰੀ ਮਿਲਦੀ ਪੈਰ ਦੇ ਤੜਕੇ ਬਈ ਨੈਣ ਤੇ ਨਾਈ ਚੋਣ ਬਹਿ ਗਏ ਓ ਨੈਣ ਤੇ ਨਾਈ ਚੋਣ ਬਹਿ ਗਏ ਚੋਂਦੇ ਚੋਂਦੇ ਲੜ ਪਏ ਬਈ ਇਹਨੇ ਨੂੰ ਇੱਕ ਆਇਆ ਪੁਲਸੀਆ ਓ ਇਹਨੇ ਨੂੰ ਇੱਕ ਆਇਆ ਪੁਲਸੀਆ ਲੈ ਗਿਆ ਦੋਹਾਂ ਨੂੰ ਫੜ ਕੇ ਬਈ ਨੈਣ ਤਾਂ ਛੁੱਟ ਗਈ ਟੂਮਾਂ ਦੇ ਕੇ ਓ ਨੈਣ ਤਾਂ ਛੁੱਟ ਗਈ ਟੂਮਾਂ ਦੇ ਕੇ ਨਾਈ ਦੇ ਕੋਟਣਾ ਖੜ ਕੇ ਦਿਲ ਦੇ ਰੋਗ ਬੁਰੇ ਬਹਿ ਗਿਆ ਕਾਲ ਜਾ ਫੜ ਕੇ ਦਿਲ ਦੇ ਰੋਗ ਬੁਰੇ ਬਹਿ ਗਿਆ ਕਾਲ ਜਾ ਫੜ ਕੇ ਦਿਲ ਦੇ ਰੋਗ ਬੁਰੇ ਬਹਿ ਗਿਆ ਕਾਲ ਜਾ ਫੜ ਕੇ ਦਿਲ ਦੇ ਰੋਗ ਬੁਰੇ ਬਹਿ ਗਿਆ ਕਾਲ ਜਾ ਫੜ ਕੇ ਦਿਲ ਦੇ ਰੋਗ ਬੁਰੇ ਬਹਿ ਗਿਆ ਕਾਲ ਜਾ ਫੜ ਕੇ ਦਿਲ ਦੇ ਰੋਗ ਬੁਰੇ ਫੜ ਕੇ ਦਿਲ ਦੇ ਰੋਗ ਬੁਰੇ ਹੋਏ 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 ਓ ਬਾਰੀ ਬਾਰੀ ਬਰਸੀ ਖੱਟਣੇ ਗਿਆ ਸੀ ਬਾਰੀ ਬਾਰੀ ਬਰਸੀ ਓ ਬਾਰੀ ਬਰਸੀ ਖੱਟਣੇ ਗਿਆ ਸੀ ਹੱਟ ਕੇ ਲਿਆਂਦਾ ਟੈਂਪੂ ਕੇਸੀ ਨਾਉਂਦੀ ਦੇ ਅੱਖਾਂ 'ਚ ਪੈ ਗਿਆ ਸ਼ੈਂਪੂ 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 ਕੇਸੀ ਨਾਉਂਦੀ ਦੇ ਓ ਬੱਲੇ ਓ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਲੱਲੀਆਂ ਬਈ ਉੱਥੋਂ ਦੇ ਦੋ ਬਲਦ ਸੁਣੀ ਦੇ ਹਾਏ ਉੱਥੋਂ ਦੇ ਦੋ ਬਲਦ ਸੁਣੀ ਦੇ ਗਲ ਕੇ ਉਹਨਾਂ ਦੇ ਟੱਲੀਆਂ ਬਈ ਭੱਜ ਭੱਜ ਕੇ ਉਹ ਮੱਕੀ ਬੀਜਦੇ ਓ ਭੱਜ ਭੱਜ ਕੇ ਉਹ ਮੱਕੀ ਬੀਜਦੇ ਹਜੀ ਗਿੱਠ ਗਿੱਠ ਲੰਮੀਆਂ ਛੱਲੀਆਂ ਮੇਲਾ ਮੁਕਤਸਰ ਦਾ ਡੋਮ ਟਿਆਰਾਂ ਚੱਲੀਆਂ ਮੇਲਾ ਮੁਕਤਸਰ ਦਾ ਡੋਮ ਟਿਆਰਾਂ ਚੱਲੀਆਂ ਮੇਲਾ ਮੁਕਤਸਰ ਦਾ ਡੋਮ ਟਿਆਰਾਂ ਚੱਲੀਆਂ ਚਲੋ ਜੀ ਬਹੁਤ ਸਵਾਲ ਲੈਂਦੇ ਨਜ਼ਾਰੇ ਲਏ ਪੂਰੇ ਜੀ ਮਲਵਈ ਕਿੱਦਾਂ ਸੀਗਾ ਜੀ ਜਾਣ ਦਾ ਦਿਲ ਨਹੀਂ ਕਰਦਾ ਪਰ ਜਾਣਾ ਪੈਣਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ ਉਦੋਂ ਤੱਕ ਲਈ ਸਭ ਨੂੰ ਪਿਆਰ ਸਭ ਨੂੰ ਖਿਆਲ ਰੱਖਿਓ ਜੀ ਆਪਣਾ ਉਸ ਤੋਂ ਮਿਲਦੇ ਹਾਂ ਜੀ ਅਗਲੇ ਹਫ਼ਤੇ ਬਾਏ ਬਾਏ ਜੀ ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮੱਚ